ਸਤਿ ਸ਼੍ਰੀ ਅਕਾਲ ਜੀ, ਮੈਂ ਵਰਿੰਦਰ ਸਿੰਘ ਇੱਕ ਵਾਰ ਫਿਰ ਤੋਂ ਤੁਹਾਡੇ ਲਈ ਹਾਜ਼ਰ ਹੋ ਚੁੱਕਿਆ ਤੁਹਾਡੇ ਆਪਣੇ ਪੀਵੀ ਦੇ ਚੈਨਲ ਉੱਤੇ। ਅੱਜ ਜਿਹੜਾ ਆਪਾਂ ਪੇਜ ਕਰਨ ਲੱਗੇ ਹਾਂ ਉਹ ਆ 263 ਨੰਬਰ, 262 ਤੱਕ ਆਪਣੇ ਕੰਪਲੀਟ ਹੋ ਗਏ ਸੀ। ਹੁਣ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਰ ਦਿਓ ਕਿਉਂਕਿ ਆਪਾਂ ਸ਼ੁਰੂ ਕਰਨ ਲੱਗੇ ਹਾਂ ਆਪਣਾ ਅੱਜ ਦਾ ਲੈਕਚਰ। ਓਕੇ, ਟਾਈਟਲ ਪੜ੍ਹ ਦਿੰਦੇ ਪਹਿਲਾਂ। ਤ੍ਰਿਸ਼ਾ ਭਿਆੰਕਰ ਲਤੇ ਰਾਲੇ ਕੰਟੀਨਿਊਆ ਕੇ ਸਿਪਾਰਾ ਲਾ ਕਰੇ ਜਾਤਾ ਗੱਲ ਲੱਖ ਕੁਰਸੀ ਦੀ ਅਮਰਜਨ ਸਾਹਿਬ। ਕਹਿੰਦਾ ਜੀ ਸਤ੍ਰੀਸ਼ਾ ਬਿਆੰਕਾ ਲਾਤੇ ਰਾਲੇ, ਜਿਹੜਾ ਸੈਡਾਂ 'ਚ ਬਣਿਆ ਸਤ੍ਰੀਸ਼ਾ ਬਿਆੰਕਾ ਇਹ ਵਾਲਾ ਕੰਟੀਨਿਊਆ ਕੰਟੀਨਿਊ ਹੈ ਜਿਹੜਾ। ਸਿਪਾਰਾ ਅਲੱਗ ਕਰਦਾ ਕਰੇ ਜਾਤਾਂ ਨੂੰ ਕੁਰਸੀ ਦੇ ਐਮਰਜੈਂਸਾਂ ਤੋਂ, ਕਰੇ ਜਾਤਾਂ ਨੂੰ ਕੁਰਸੀ ਦੇ ਐਮਰਜੈਂਸਾਂ ਤੋਂ ਅਲੱਗ ਕਰਦਾ ਪਿਆ। ਸੋ ਇੱਥੇ ਆਪਾਂ ਪਹਿਲਾਂ ਜੀ ਫੋਟੋ ਦੇਖ ਲੈਂਦੇ ਹਾਂ। ਫੋਟੋ ਵਿੱਚ ਏ ਨੰਬਰ ਦਾ ਜਿਹੜਾ ਕੁਰਸੀ ਹੈ ਉਹ ਸਾਰਾ ਕੁਰਸੀ ਦੀ ਐਮਰਜੈਂਸਾ ਹੈ। ਇਹ ਨੋਰਮਲ ਆਪਣਾ ਰੋਡ ਹੈ ਜਿੱਥੇ ਕਿ ਸਤ੍ਰੀਸ਼ਾ ਡਿਸਕੰਟੀਨਿਊ ਨੇ, ਠੀਕ ਹੈ ਜੀ। ਸੋ ਹੁਣ ਸ਼ੁਰੂ ਕਰਦੇ ਹਾਂ ਪਹਿਲੇ ਕੁਸਚਨ ਤੋਂ। ਇੱਥੇ ਲਿਖਿਆ ਮੈਲਾ ਸੈਨਿਆ ਲਾਤੀ ਕਾ ਫਿਗੂਰਾ ਬਸਤਰੀਸ਼ਾ ਵਿਆਕ ਕੰਟੀਨਿਊਆ ਕਿਸੇ ਭਾਰਾ ਲਾ ਕਰੇ ਜਾਤਾ ਡਾਲਾ ਕੁਰਸੀਆ ਦੀ ਐਮਰਜੈਂਸਾ ਕੁਰਸੀਆ ਆ ਕੋ ਐਸਰੇ ਸੁਪਰਾਤਾ ਸੋਲੋ ਇਨ ਕਾਜ਼ੋ ਦੀ ਨੈਚੇਸਿਤਾ। ਕਾਜ਼ੋ ਦੀ ਨੈਚੇਸਿਤਾ ਕਿਹੜੇ ਕਿਹੜੇ ਨੇ ਜੀ? ਇੱਥੇ ਕਹਿੰਦਾ ਪਿਆ ਵਾਸਤੋ ਦਲ ਵੀਕਲੋ ਦੀ ਗੱਡੀ ਖਰਾਬ ਹੋ ਗਈ, ਮਲ ਐਸਰੇ ਦਲ ਵਿਆਜਾ ਤੋਰੇ ਜਿਹੜੇ ਟਰੈਵਲ ਕਰਦੇ ਪਏ ਨੇ ਉਹਨਾਂ ਦਾ ਬਿਮਾਰ ਹੋਣਾ। ਓਕੇ ਜੀ, ਹੁਣ ਪੂਰਾ ਕੁਸਚਨ ਪੜ੍ਹ ਦਿੰਦੇ। ਇੱਥੇ ਕਹਿੰਦਾ ਸੈਨਿਆ ਲਾਤੀ ਦਾ ਜਿਹੜਾ ਦਿਖਾਈ ਗਈ ਆ ਫਿਗੂਰਾ ਸਤ੍ਰੀਸ਼ਾ ਬਿਆੰਕਾ ਜਿਹੜਾ ਹੈ ਜਿਹੜਾ ਕਿ ਕੰਟੀਨਿਊ ਹੈ, ਮਤਲਬ ਕਿ ਇਹ ਵਾਲਾ ਕਿ ਸਿਪਾਰਾ ਵੀ ਅਲੱਗ ਕਰਦਾ ਹੈ ਕਰੇ ਜਾਤਾਂ ਨੂੰ ਕੁਰਸੀ ਦੇ ਐਮਰਜੈਂਸਾਂ ਤੋਂ, ਜਿਹੜਾ ਕਿ ਕੁਰਸੀ ਆਏ ਉਹ ਇਸ ਤਰ੍ਹਾਂ ਸੁਪਰਾਤਾ ਜਿਹਨੂੰ ਕ੍ਰੋਸ ਕਰ ਸਕਦੇ ਹਾਂ ਸਿਰਫ ਕਹਿੰਦਾ ਜੀ ਜਦੋਂ ਜ਼ਿਆਦਾ ਲੋੜ ਹੋਵੇ, ਜਿਵੇਂ ਗੱਡੀ ਖਰਾਬ ਹੋ ਗਈ ਜਾਂ ਕੋਈ ਬਿਮਾਰ ਹੋ ਗਿਆ। ਮੇਰੋ ਬੱਚੇ ਅੱਗੇ ਦਾ ਕੁਰਸੀ ਦੇ ਐਮਰਜੈਂਸਾ ਸੀ ਪੋ ਉਤਰੀਜ਼ਾ ਰਹੇ ਕਾਜ਼ੋ ਦੀ ਵਾਸਤੋ ਦਲ ਵੀ ਕੋਲੋ ਪੈਰੋਂ ਮਾਸੀਮੋ ਦੀ ਤਰਿਆ ਹੋ ਰਹੇ, ਜਿਹੜਾ ਕੁਰਸੀ ਦੇ ਐਮਰਜੈਂਸਾ ਹੈ ਯਾਨੀ ਕਿ ਕੁਰਸੀ ਇਹ ਹੈ ਜਿਹੜਾ ਉਹਨੂੰ ਵਰਤਿਆ ਜਾ ਸਕਦਾ ਇਨਕਾਜ਼ੋ ਦੀ ਗਵਾਸਤੋ ਵੀ, ਕਹਿੰਦਾ ਜਦੋਂ ਗੱਡੀ ਖਰਾਬ ਹੋ ਗਈ ਹੋਵੇ। ਪੈਰੋਂ ਮਾਸੀਮੋ ਦੀ ਤਰਿਆ ਹੋ ਰਹੇ ਮਤਲਬ ਜ਼ਿਆਦਾ ਜ਼ਿਆਦਾ 3 ਘੰਟਿਆਂ ਲਈ ਉਹਨੂੰ ਵਰਤਿਆ ਜਾ ਸਕਦਾ ਜਦੋਂ ਗੱਡੀ ਖਰਾਬ ਹੋ ਜੇ। ਮੇਰੋ ਵਧੇ ਅੱਗੇ ਕਹਿੰਦਾ ਨੋ ਸੀ ਭੋ ਖੁਪਾਰੇ ਪਹਿਲੇ ਮਨੋਮਰੇ ਦੀ ਸੁਰਪਾਸੋ, ਕਹਿੰਦਾ ਜੀ ਆਪਾਂ ਇਹਨੂੰ ਵਰਤ ਨਹੀਂ ਸਕਦੇ, ਬਿਜ਼ੀ ਨਹੀਂ ਕਰ ਸਕਦੇ ਓਵਰਟੇਕ ਕਰਨ ਲਈ। ਵੇਰੋ ਓਵਰਟੇਕਿੰਗ ਦੇ ਤੋਂ ਮਤਲਬ ਕਿ ਆਪਾਂ ਜੇ ਕਿਤੇ ਇਸ ਰੋਡ ਤੇ ਜਾਣ ਲੈਣਾ ਆਪਾਂ ਇੱਥੋਂ ਦੀ ਓਵਰਟੇਕ ਨਹੀਂ ਕਰ ਸਕਦੇ, ਇਹ ਸਿਰਫ ਜਦੋਂ ਕੋਈ ਗੱਡੀ ਗੁੱਡੀ ਖਰਾਬ ਹੋਵੇ ਉਦੋਂ ਹੀ ਵਰਤਿਆ ਜਾ ਸਕਦਾ ਜਾਂ ਕੋਈ ਬਿਮਾਰ ਹੋਵੇ ਸਿਰਫ ਉਦੋਂ ਹੀ, ਠੀਕ ਹੈ ਜੀ। ਮਤਲਬ ਅਗਲੇ ਕੁਸ਼ਚਨ ਤੇ, ਇਹ ਕਾਂਟਾ ਵੱਜਾ ਹੋਇਆ ਇਸ ਕੁਸ਼ਚਨ ਤੇ ਮਤਲਬ ਕਿ ਕੁਸ਼ਚਨ ਪੇਪਰ ਅੰਦਰ ਆਉਣਾ ਨਹੀਂ, ਪਰ ਫਿਰ ਵੀ ਆਪਾਂ ਆਪਣੇ ਇੱਕ ਜਨਰਲ ਨੌਲੇਜ ਲਈ ਇਹਨੂੰ ਇੱਕ ਵਾਰ ਪੜ੍ਹ ਦਿੰਦੇ ਹਾਂ ਵੀ ਕੀ ਲਿਖਿਆ ਇਹਦੇ ਅੰਦਰ। ਈਵੀ ਕੋਲੀ ਪੋਸਨ ਟ੍ਰਾਂਸਿਟਾਰੇ ਸੁਲਾ ਕੋਰਸੇ ਦੀ ਐਮਰਜੈਂਸਾ ਸੋਨੋ ਸੋਲੋ ਕੁਐਲੀ ਡਿਸਕੋਰਸੋ ਇਨ ਸਰਵਿਸਿਓ, ਕਹਿੰਦਾ ਜੀ ਗੱਡੀਆਂ ਜਿਹੜੀਆਂ ਕਿ ਟਰੈਵਲ ਕਰ ਸਕਦੀਆਂ ਨੇ ਪੋਸਨ ਟ੍ਰਾਂਸਿਟਾਰੇ ਟਰੈਵਲ ਕਰ ਸਕਦੀਆਂ ਚੱਲ ਸਕਦੀਆਂ ਨੇ ਕੋਰਸ ਦੀ ਐਮਰਜੈਂਸਾ ਵਿੱਚ ਮਤਲਬ ਕਿ ਕੁਰਸੀ ਆ ਵਿੱਚ ਸੋਨੋ ਸੋਲੋ ਕੁਐਲੀ, ਕਹਿੰਦਾ ਸਿਰਫ ਉਹ ਵਾਲੀਆਂ ਜਿਹੜੀਆਂ ਕਿ ਵਰਤੀਆਂ ਜਾਂਦੀਆਂ ਨੇ ਸਰਵਿਸਿਓ ਵਾਲੇ ਜਿਹੜੀ ਕਿ ਸਕੋਰਸ ਵਾਲੀ ਹੋਣ। ਕੋਰਸ ਦਾ ਮਤਲਬ ਹੁੰਦਾ ਜੀ ਉਹ ਵਾਲੀ ਗੱਡੀਆਂ ਜਿਹੜੀਆਂ ਕਿ ਆਪਣੀ ਹੈਲਪ ਲਈ ਕੰਮ ਤੇ ਆਉਂਦੀਆਂ ਨੇ, ਜਦੋਂ ਆਪਾਂ ਕੋਈ ਐਮਰਜੈਂਸੀ ਪੈ ਜਾਏ ਤੇ ਆਪਣੀ ਜਿਹੜੀ ਹੈਲਪ ਕਰਦੀਆਂ ਜਿਹੜੀ ਗੱਡੀਆਂ ਸਿਰਫ ਉਹਨਾਂ ਲਈ ਹੀ ਵਰਤੀ ਜਾ ਸਕਦੀ ਹੈ ਇਸ ਕੁਰਸੀਆ ਆ, ਠੀਕ ਹੈ ਜੀ। ਇਹ ਵੇਰਵਾ ਵਧਿਆ ਅੱਗੇ ਨੈਲਾ ਸੈਨਿਆ ਲਾਤੀ ਕੈਨ ਫਿਗੂਰਾ ਲਾ ਸਤ੍ਰੀਸ਼ਾ ਬਿਆੰਕਾ ਕੁੰਤੀਮਾ ਕਿਤੇ ਲਿਮਿਟਾ ਲਾ ਕੁਰਸੀਆ ਦੀ ਐਮਰਜੈਂਸਾ ਇੰਡੀਕਾ ਉਹਨਾਂ ਜ਼ੋਨਾਂ ਦੀ ਪਰਕੇਜੋ ਆ ਟੈਂਪੋ, ਕਹਿੰਦਾ ਜਿਹੜਾ ਸਾਈਨ ਫੋਟੋ ਤੇ ਦਿਖਾਇਆ ਗਿਆ ਸਤ੍ਰੀਸ਼ਾ ਕੰਟੀਨਿਊ ਵਾਲਾ ਕਿ ਦੇ ਲਿਮਿਟਾ ਮਤਲਬ ਜਿਹੜਾ ਸੀਮਾ ਬੰਦੀ ਕਰਦਾ ਕੋਰਸੇ ਦੀ ਐਮਰਜੈਂਸਾ ਦੀ ਤੇ ਇੰਡੀਕੇਟ ਕਰਦਾ ਹੈ ਇੱਕ ਜ਼ੋਨ ਨੂੰ ਇੱਕ ਜਗ੍ਹਾ ਨੂੰ ਦੀ ਪਰਕੇਜੋ ਆ ਟੈਂਪੋ, ਜਿਹਦੇ ਤੇ ਟਾਈਮ ਵਾਲੀ ਪਾਰਕਿੰਗ ਹੋਵੇ ਮਤਲਬ ਕਿ ਇੰਨੇ ਟਾਈਮ ਤੋਂ ਵੀ ਪਾਰਕਿੰਗ ਕਰ ਸਕਦੇ ਹੋ, ਐਸੇ ਇੱਕ ਜ਼ੋਨ ਨੂੰ ਦੱਸਦਾ ਹੈ ਦਰਸਾਉਂਦਾ ਹੈ। ਫਾਲਸੋ ਇੱਦਾਂ ਨਹੀਂ ਹੈਗਾ। ਵਧੇ ਅੱਗੇ ਕਹਿੰਦਾ ਜੀ ਕੇ ਦੇਲੀ ਮਿਤਾ ਲਾ ਕੁਰਸੀ ਦੀ ਐਮਰਜੈਂਸਾ ਉਹ ਇਸ ਤਰ੍ਹਾਂ ਸੈਂਪਰੇ ਸੁਪਰ ਆਤਾ ਇਨਕਾਜ਼ੋ ਦੀ ਇੰਤੇਜ਼ੋ ਟ੍ਰਾਫਿਕੋ, ਕਹਿੰਦਾ ਜੀ ਉਹ ਇਸ ਤਰ੍ਹਾਂ ਸੈਂਪਰੇ ਸੁਪਰ ਆਤਾ ਵੀ ਹਮੇਸ਼ਾ ਕ੍ਰੋਸ ਕੀਤਾ ਜਾ ਸਕਦਾ ਉਹਨੂੰ ਜਦੋਂ ਕਿ ਬਹੁਤ ਜ਼ਿਆਦਾ ਟ੍ਰੈਫਿਕ ਹੋਵੇ ਬਹੁਤ ਜ਼ਿਆਦਾ ਭੀੜ ਭਾੜ ਹੋਵੇ ਉਦੋਂ ਵਰਤਿਆ ਜਾ ਸਕਦਾ ਕੁਰਸੀ ਆ ਨੂੰ। ਫਾਲਸੋ ਵਧਿਆ ਅੱਗੇ ਦਾ ਕੁਰਸੀ ਦੀ ਐਮਰਜੈਂਸਾ ਕੁਰਸੀ ਆ ਰਿਜ਼ਰਵਾ ਤਾਂ ਲਜ਼ਬੋਲਤਾ ਦਾ ਇਸ ਤਰ੍ਹਾਂ, ਕਹਿੰਦਾ ਜੀ ਸੱਜੇ ਮੁੜਨ ਦੇ ਕੰਮ ਆਉਂਦਾ ਆ। ਫਾਲਸੋ ਇਹ ਰਿਜ਼ਰਵਾ ਤਾਂ ਅਲੱਗ ਦਿੱਤੇ ਲਾਰਸਿਓ ਨੇ, ਕਹਿੰਦਾ ਜੀ ਐਗਜ਼ਿਟ ਕਰਨ ਵਾਲੇ ਜਿਹੜੇ ਦਿੱਤੇ ਲਾਰਸਿਓ ਨੇ ਜਿਹੜੀ ਸੜਕ ਹੁੰਦੀ ਉਹਦੇ ਤੇ ਕੰਮ ਆਉਂਦਾ। ਫਾਲਸੋ ਅੱਗੇ ਕਹਿੰਦਾ ਜੀ ਅਭਿਅਤਾ ਅਲਤਰਾਂਜ ਤੋਂ ਵੀ ਉਹ ਤੋਂ ਵੀ ਕੋਲੀ ਮਨੋਨ ਅਲਤਰਾਂਜ ਤੋਂ ਲਈ ਮੋਟਰਸਾਈਕਲ, ਕਹਿੰਦਾ ਜੀ ਮਨਾਹੀ ਕਰਦਾ ਹੈ ਆਵਾਜਾਈ ਕਰਨ ਤੋਂ ਉਹ ਤੋਂ ਵੀ ਕੋਲੀ ਨੂੰ ਮਤਲਬ ਕਿ ਗੱਡੀਆਂ ਨੂੰ, ਪਰ ਕਹਿੰਦਾ ਟ੍ਰਾਂਜ ਤੋਂ ਕਰਨ ਦੀ ਮਨਾਹੀ ਨਹੀਂ ਹੈਗੀ ਮੋਟਰਸਾਈਕਲ ਵਾਲਿਆਂ ਨੂੰ। ਫਾਲਸੋ ਇਹਦੇ ਤੇ ਕੋਈ ਵੀ ਨਹੀਂ ਚੱਲ ਸਕਦਾ, ਜਿਹੜੀ ਕੋਰਸ ਆਫ ਸਰਵਿਸ ਜਿਹੜੀ ਗੱਡੀਆਂ ਸਰਵਿਸ ਵਾਲੀਆਂ ਨੇ ਸਿਰਫ ਕੋਈ ਹੀ ਜਾ ਸਕਦੀਆਂ ਕੋਈ ਨਹੀਂ ਜਾ ਸਕਦੀਆਂ। 264 ਨੰਬਰ ਪੇਜ ਜੀ ਸਤ੍ਰੀਸ਼ਾ ਬਿਆੰਕਾ ਲਤਰਾਲੇ ਕੰਟੀਨਿਊਆ ਸਤ੍ਰੀਸ਼ਾ ਲਾਈਨ ਚਿੱਟੀ ਸੈਟਾਂ ਤੇ ਕੰਟੀਨਿਊ ਕੰਟੀਨਿਊ ਲਿਖਿਆ ਜੀ, ਠੀਕ ਹੈ।
Va bene per le cosce no. La striscia bianca laterale discontinua sempre la carreggiata della corsia di emergenza. Quando la striscia è città, sei date, il continuo ne inega, allaga carda carreggiata nu, corsia di emergenza no. Cosce lagva sarà sei e basse ne dite galte che tavo e te gatta in discontinua lettera. Discontinua ne continuana, e poi gal continua di carne pesca che te, continuana ci pensi, prende discontinua la pesca che è falso. Va bene che le cosce no. Segnalare l'inizio di una banchina, che nel discontinuo di linee, o da sbie, di sciuruho è, di banchina. Falso, discontinuo nei, continuo line da sbie. Vabbè, anche lì, dopo ciò che ho completato, che mando sopra in una parte, striscia bianca laterale, discontinua, che separa la carreggiata di un passo crabile. Ok, di etimo ne è passo carrabile, di te che proprio private ho sagli, di te gate ho sagli, di te appunto da stare da vito, di te appunto da dica di carica non mana. Di te gal cadaver discontinu line di, as line di, chicken, di che lag cardi, carre giatanu e passo carrabile tu. Chicken, di mandiamo per le questionali. La striscia bianca laterale discontinua in figura separa la carreggiata da un passo crabile. Prenda di discontinuo line manie, foto invece. La cardia è carreggiata in un passo carabile. La cardia è carreggiata in un passo carabile. Che è di vero? Va bene che delimita l'accesso ad un pista ciclabile. Canada è border branda. Entry da. Dice che è pista ciclabile. Falso, apete passo carabile. Ricarga di me, passo carabile, non è pista ciclabile. Pista ciclabile è un tale che deve show le appano. So è falso. Va bene, alla page, 204 number, striscia bianca laterale discontinua che separa la carreggiata di un piazzola di sosta. Ok, di auga per una piazzola di sosta, di sega proprio un gradino carica, salve e clicca, mantenga per le questionate, che andrà la striscia bianca laterale discontinua in figura, separa la carreggiata da una piazzola di sosta, se vuoi, ligera, ora che hai che è, allaga cardia carreggiata in un piazzola di sosta, ok, vero? A che canna G? Può essere superata solo in caso di emergenza. Ok, di te canna B, sirup cross carsa, può essere superata. Vi appena sirup cross carsa, gnas line nu, giù sirup emergenzione. Per ne G, emergency va la corsia o la gcige, te piazzola di sosta alla gcige. Piazzola di sosta, vi tu si gioca tu di test canna già, tu si fuori del liquidi, o te caricar che appena avuto resto di essere. Per dire la corsia di emergenza andana, uno sirup emergency di time, te verte già se da, e non è. ठीक है जी इन्नू तुसी जदों मर्जी आ जाए मेरी खड़ी कर सो जो रेस्ट रूस्ट करना हो भी पे सो ए फालसो जी बढ़ते हैं आगे ला स्त्रीशा बियांका लेटरल डिस्कंटिन्यू इन फिगुरा सिग्निफिका के ला सोस्ता नॉन ए पॉसिबल कहंदा जी भी जड़ी जरा स्त्रीशा बियांका है डिस्कंटिन्यू जरा की फोटो दिखाया गया है दसदा है के जड़ी पार्किंग है जो गड्डी खड़ी करनी है वो इथे पॉसिबल नहीं हैगा फालसो आप इथे खड़ी कर सकते हैं बिना किसी प्रॉब्लम के 206 नंबर पूरा आ गया जी अपना बढ़ते हैं आगे 207 नंबर पे स्त्रीशा बियांका लैटरल डिस्कंटिन्यू के सेपारा ना करेजाता दे ना कोर्सिया दी एक्सेलरेशन ओके जी आ के अपना कोर्सिया एक्सेलरेशन नहीं थे के अपन गति को एक्सेलरेट करना है कड़ी स्पीड बढ़ानी है ते एस कोर्से विच बढ़ना है ठीक है जी मतलब के इधर उधर देख के ही स्पीड बढ़ानी है यानी कि सीधा स्पीड बढ़ाती है देख के स्पीड बढ़ा के अपन एस कोर्से में बढ़ सकते हैं ठीक है जी सो हुन कहंदा भी जेडी ए लाइन है जेडी डिस्कंटिन्यू अलग कर दिए एस कुर्सी नु इन्ना तो कर जाता तो एस कुर्सी नु अलग कर दिए ठीक है जी बढ़ते हैं पहले क्वेश्चन अब ला स्त्रीशा बियांका लैटरल डिस्कंटिन्यू फिगुरा डिवाइड ला करेजाता दा उना कुर्सी दी एक्सेलरेशन सेम है जी अलग कर दिए कर जाता तो एक कुर्सी दी एक्सेलरेशन नु वेरो बढ़ते हैं आगे आगे कहता जी दे लिमिटा उना पियाचोला दी सोस्ता कहता जी बॉर्डर करता एक पियाचोला दी सोस्ता नु सारे नु पता है कि आपा पियाचोला दी सोस्ता नहीं हैगा सो है फॉल्स जी बढ़ते हैं आगे 207 कंप्लीट हो गया 208 नंबर पे Striscia bianca laterale discontinua che delimita il bordo della strada principale. Ok, G, e te che andava a vedere tutti i line di sedda di mani discontinua. Every line. Ed ecco G, every line di garonde. Chica G, delimita. Bordo gardie, sima paddi gardie. Bordo finale di strada principale. Chica G, non è strada principale. È strada secondaria. Chica G. Vediamo un questionario. La striscia bianca laterale discontinua in figura individua il bordo della strada principale separandolo da quello della strada secondaria.
ਕਹਿੰਦਾ ਕਿ ਜਿਹੜੀ ਚਿੱਟੀ ਲਾਈਨ ਬਣੀ ਹੈ ਸਾਈਡਾਂ ਵਾਲੇ ਜਿਹੜੀ ਕਿ ਡਿਸਕੰਟੀਨਿਊ ਹੋਏ ਫੋਟੋ ਦਿਖਾਈ ਗਈ ਹੈ ਦਰਸਾਉਂਦੀ ਹੈ ਬਾਰਡਰ ਕਿਨਾਰਿਆਂ ਨੂੰ ਉਸ ਤਰ੍ਹਾਂ ਦਾ ਪ੍ਰਿੰਸੀਪਲ ਦੇ ਜਿਹੜੇ ਕਿ ਅਲੱਗ ਹੁੰਦੇ ਨੇ ਸੜਕ ਜਿਹੜੀ ਹੈ ਸੈਕੰਡਰੀ ਆ ਠੀਕ ਹੈ ਜੀ ਵੇਰਵਾ ਵੱਧੇ ਅੱਗੇ 209 ਨੰਬਰ ਸਤਰੀ ਸ਼ਾਦੀ ਗੁੜੀ ਦਾ ਸੁਲੇ ਇੰਪ੍ਰੈਸ਼ਨੀ ਇੰਗਰੋਜੀ ਠੀਕ ਹੈ ਜੀ ਦਰਸਾਉਣੀ ਮਤਲਬ ਕਿ ਇੰਗਰੋਜੀ ਓਕੇ ਜੀ ਸਤਰੀ ਸ਼ਾਦੀ ਗੁੜੀ ਦਾ ਜਿੱਥੇ ਗੱਲ ਹੋਣੀ ਹੈ ਇਹ ਕਿਹੜੇ ਹੁੰਦੇ ਨੇ ਜਿਹੜੇ ਕਿ ਐ ਵਾਲੇ ਹੁੰਦੇ ਸੈਂਟਰ ਵਾਲੇ ਇਹ ਆਪਾਂ ਨੂੰ ਕੀ ਕਰਦੇ ਨੇ ਆਪਾਂ ਨੂੰ ਹੈਲਪ ਕਰਦੇ ਨੇ ਇੱਧਰ ਮੁੜਨ ਨੂੰ ਤੇ ਇੱਧਰ ਮੁੜਨ ਨੂੰ ਮਤਲਬ ਕਿ ਜਿਹੜੀ ਗੱਡੀ ਇਧਰੋਂ ਆਉਂਦੀ ਹੈ ਉਹ ਇੱਧਰ ਜਾ ਸਕਦੀ ਹੈ ਤੇ ਇੱਧਰ ਜਾ ਸਕਦੀ ਹੈ ਹੈਲਪ ਕਰਦੀ ਹੈ ਆਪਾਂ ਨੂੰ ਮੁੜਨ ਵਿੱਚ ਕਿਸੇ ਵੀ ਚੁਰਾਹੇ ਤੇ ਠੀਕ ਹੈ ਜੀ ਵੱਧਦੇ ਹਾਂ ਪਹਿਲੇ ਕੁਐਸਚਨ ਨਾਲ le strisce bianche discontinue sulle intrazioni in figura sono strisce di guida che non è strisce di guida ne ठीक है vero vanno anche non consentono la svolta che non mudan di zarat niente falso apan mudan di zarat niente 207 complete vanno anche 207 number page strisha trasversale continua ok ji itthe di vakhand hai apan photo ide mutabik strisha ila trasversale a o a ji ठीक है ਕੰਟੀਨਿਊ ਆਇਆ ਕੰਟੀਨਿਊ ਮਤਲਬ ਕੇਸ ਦੇ ਪਾਪਾ ਫੋਟੋ ਅੰਦਰ ਆਈ ਲਾਈਨ ਦਿਖਦੀ ਪਈ ਹੈ ਸੋ ਵੱਧਿਆ ਜੀ ਪਹਿਲੇ ਕੁਐਸਚਨ ਨਾਲ ਜਿਹੜਾ ਕਹਿੰਦਾ ਲਾ ਸਟ੍ਰੀਸ਼ਾ ਬਿਆਂਕਾ ਟ੍ਰਾਂਸਫਰਸਾਲ ਇਨ ਫਿਗੂਰਾ ਪੋ ਐਸਰੇ ਅਬਿਨਾਟੋ ਦਾ ਅਦ ਉਨ ਇਨਕਰੋਚੋ ਰੈਗੁਲਾਟੋ ਦਾ ਸੇਮਾਫਰੋ ਕਹਿੰਦੇ ਨੇ ਸਟ੍ਰੀਸ਼ਾ ਦਿਖਾਏ ਗਏ ਨੇ ਚਿੱਟੇ ਟ੍ਰਾਂਸਫਰਸਾਲ ਜਿਹੜੇ ਫੋਟੋ ਜਨੇ ਉਹ ਐਸਰੇ ਅਬਿਨਾਟਾ ਵੀ ਲੱਗਾ ਹੋ ਸਕਦਾ ਚੁਰਾਹੇ ਤੇ ਜਿੱਥੇ ਕਿ ਸੇਮਾਫਰੋ ਨਾਲ ਰੈਗੂਲੇਟ ਕੀਤਾ ਗਿਆ ਹੋਵੇ ਚੁਰਾਹੇ ਨੂੰ ਮੇਰੋ ਵੱਧਿਆ ਅੱਗੇ ਜੀ ਲਾ ਸਟ੍ਰੀਸ਼ਾ ਬਿਆਂਕਾ ਟ੍ਰਾਂਸਫਰਸਾਲ ਇਨ ਫਿਗੂਰਾ ਪੋ ਐਸਰੇ ਬਲੇਟਾਟਾ con la scritta stop dipinta sulla pavimentazione stradale. Ok ji, itthe kehnda hai può essere ho sakda hai completata. Ye pura kita gaya hove scritte naal jada ke hove stop. Ye kehnda stop jada hai likhya ho sakda hai itthe. Print kita hoega dipinta ta. Matlab ke print kita hoega farsh te sadak di. Theek hai ji, ve sadak te itthe karke stop likhya ho sakda hai. Vero vadde agge ji. Kehnda ji indica il punto in cui i conducenti devono arrestarsi in presenza del segnale, fermarsi e dare precedenza al stop. Quando gli indicate che il point è che il driver non può fare, se non può fare il segnale, fermarsi e dare precedenza. Ma se non può fare il segnale, non può fare il segnale. Quindi è vero, vediamo che indica il punto in cui i conducenti devono arrestarsi in presenza del semaforo a luce rossa. Quando gli point è che il driver non ਜਿੱਥੇ ਮੌਜੂਦ ਹੋਵੇ ਸਿਮਾਫਰੋ ਦੇ ਤੇ ਲੱਗੀ ਹੋਵੇ ਲਾਲ ਲਾਈਟ ਜਿਹੜੀ ਹੋਵੇ ਲਾਲ ਲਾਈਟ ਜੇ ਲਾਲ ਲਾਈਟ ਜਿਹੜੀ ਤੁਹਾਨੂੰ ਰੁਕਣਾ ਪਏਗਾ ਫਿਰ ਉਹ ਬੰਦੇ ਅੱਗੇ ਸਿਗਨਲ ਦਾ ਫਿਗਰ ਆਤਮ ਸਿਗਨਲ ਦੀ ਦਿਸ਼ਾ ਟ੍ਰਾਂਸਵਰਸਲ ਦੀ ਅਰੈਸਟੋ ਕਹਿੰਦਾ ਜਿਹੜਾ ਸਾਈਨ ਹੈ ਇਹ ਦਰਸਾਉਂਦੇ ਆ ਇੱਕ ਸਤ੍ਰੀਸ਼ੇ ਨੂੰ ਜਿਹੜਾ ਕਿ ਟ੍ਰਾਂਸਵਰਸਲ ਆ ਰੁਕਣ ਵਾਲਾ ਫਿਰ ਉਹ ਬੰਦੇ ਅੱਗੇ ਜੀ ਦਾ ਸਤ੍ਰੀਸ਼ਾ ਬਿਆਂਕਾ ਟ੍ਰਾਂਸਵਰਸਲ ਇਨ ਫਿਗੂਰਾ ਵੀ ਨੇ ਅਬਿਨਾ ਤੱਕ ਕੋਨ ਇਸ ਸਿਗਨਲ ਦੀ ਦਾਰੇ ਪ੍ਰਤੀਨਿਧਤਾ ਕਹਿੰਦਾ ਜੀ ਉੱਥੇ ਜਿਹੜਾ ਨਿਸ਼ਾਨ ਹੈ ਉੱਥੇ ਲੱਗਾ ਹੋਏਗਾ ਦਾਰੇ ਪ੍ਰਤੀਨਿਧਤਾ ਦਾ ਠੀਕ ਹੈ ਜੀ ਪ੍ਰਹਦਾਰੀ ਪ੍ਰਚਲਿਤਤਾ ਤਾਂ ਨਹੀਂ ਜੀ ਉੱਥੇ ਸਟੋਪ ਦਾ ਨਿਸ਼ਾਨ ਆਪਾਂ ਮਿਲੇਗਾ ਜਿਹੜਾ ਕਿ ਆਪਾਂ ਨੂੰ ਕਹੇਗਾ ਰੁਕੋ ਦੇਖੋ ਤੇ ਪੈਰ ਦਬੋ ਸੋ ਇਹ ਫਾਲਸ ਹੋਇਆ ਜੀ ਦਾਰੇ ਪ੍ਰਚਲਿਤਤਾ ਉਹ ਵਾਲਾ ਹੁੰਦਾ ਨਿਸ਼ਾਨ ਯਾਦ ਕਰਵਾ ਦਾਂ ਫਿਰ ਵੀ ਜਿੱਥੇ ਕਿ ਆਪਾਂ ਨੂੰ ਰੁਕਣ ਦੀ ਲੋੜ ਨਹੀਂ ਹੁੰਦੀ ਸਿਰਫ ਦੇਖਿਆ ਤੇ ਨਿਕਲ ਗਏ ਪਰ ਜਿਹੜਾ ਸਟੋਪ ਹੈ ਉੱਥੇ ਆਪਾਂ ਨੂੰ ਰੁਕਣਾ ਪਏਗਾ ਚੈੱਕ ਕਰਨਾ ਪਏਗਾ ਠੀਕ ਹੈ ਜੀ ਸੋ ਇੱਥੇ ਦਾਰੇ ਪ੍ਰਚਲਿਤਤਾ ਲਾਗੂ ਨਹੀਂ ਹੁੰਦਾ ਵੱਧਿਆ ਅੱਗੇ ਜੀ ਇੰਡੀਕਾ ਉਨ ਅਟਰਾਵਰਸਾਮੈਂਟੋ ਪੈਦਨਾਲੇ ਨੋਨ ਰੈਗੂਲਾਟੋ ਕਹਿੰਦਾ ਜੀ ਇੰਡੀਕੇਟ ਕਰਦਾ ਹੈ ਕਿ ਕ੍ਰੋਸਿੰਗ ਹੈ ਪੈਦਲ ਵਾਲਿਆਂ ਵੱਲ ਦੀ ਜਿਹੜੀ ਰੈਗੂਲੇਟ ਨਹੀਂ ਕੀਤੀ ਗਈ ਆਲਸੋ ਅੱਗੇ ਵਧਿਆ ਜੀ ਇੰਡੀਕਾ ਉਨ ਅਟਰਾਵਰਸਾਮੈਂਟੋ ਚ ਖਲਾਵਲੇ ਕਹਿੰਦਾ ਜੀ ਇੱਕ ਸਾਈਕਲ ਵਾਲਿਆਂ ਦੀ ਕ੍ਰੋਸਿੰਗ ਹੈ ਆਲਸੋ ਵਧਿਆ ਅੱਗੇ ਜੀ ਨੋਨ ਪੋ ਮਾਈ ਐਸਰੇ ਸੁਪਰਾਤਾ ਮਤਲਬ ਕਿ ਕ੍ਰੋਸ ਨਹੀਂ ਕੀਤਾ ਜਾ ਸਕਦਾ ਆਲਸੋ ਕੀਤਾ ਜਾ ਸਕਦਾ ਹੈ ਵਧਿਆ ਅੱਗੇ ਇੰਡੀਕਾ ਲਿਨਿਸ਼ੀਓ ਦਲ ਦਿਵੀਏਟੋ ਦੀ ਸੋਸਤਾ ਕਹਿੰਦਾ ਜੀ ਇੰਡੀਕੇਟ ਕਰਦਾ ਹੈ ਕਿ ਸ਼ੁਰੂ ਹੋਣ ਦਿਆ ਇੱਕ ਦਿਵੀਏਟੋ ਠੀਕ ਹੈ ਪਾਰਕਿੰਗ ਨਹੀਂ ਬਣਾਈ ਫਾਲਸੋ 270 ਕੰਪਲੀਟ ਹੋ ਗਿਆ ਜੀ ਆਪਣਾ ਜਿਹੜਾ ਕਿ ਸੀ ਭਾਗ ਪਹਿਲਾ ਹੁਣ ਬੰਦੇ ਭਾਗ ਦੂਸਰੇ ਹਾਲ ਸੇਮ ਆਈ ਹੈ ਜੀ ਫੋਟੋ ਹੁਣ ਬੰਦੇ ਭਾਗ ਦੂਜੇ ਹਾਲ ਤੇ ਇੱਥੇ ਕੀ ਕਹਿੰਦਾ ਪਹਿਲਾ ਕੁਐਸਚਨ ਵਸਤਰੀ ਛਤਰਾ ਸਵਰਸਾਲੇ ਕੰਟੀਨਿਊ ਇਨ ਫਿਗੂਰਾ ਇੰਡੀਕਾ ਇਲ ਪੁੰਟੋ ਇਨ ਕੁਈ ਬਿਜ਼ੋਨੇ ਅਰੈਸਟਾਰਸੀ ਅਦ ਉਨ ਇਨਕਰੋਚੋ ਸੇਗ ਰੈਗੁਲਾਟੋ ਦਾ ਸਿਮਾਫਰੋ ਆ ਲੁਚੇ ਰੋਸਾ ਕਹਿੰਦਾ ਜੀ ਇੰਡੀਕੇਟ ਕਰਦਾ ਇੱਕ ਪੁਆਇੰਟ ਜਿੱਥੇ ਕਿ ਲੋੜ ਹੈ ਰੁਕਣ ਦੀ ਚੁਰਾਹੇ ਤੇ ਜੇਕਰ ਉਹ ਰੈਗੂਲੇਟ ਕੀਤਾ ਗਿਆ ਸਿਮਾਫਰੋ ਤੋਂ ਤੇ ਲਾਲ ਲਾਈਟ ਉੱਥੇ ਆਈ ਹੋਈ ਹੈ ਫਿਰ ਉਹ ਜੇ ਲਾਲ ਲਾਈਟ ਆਈ ਤਾਂ ਆਪਾਂ ਰੁਕਣਾ ਹੀ ਪੈਣਾ ਇੰਡੀਕਾ ਇਲ ਪੁੰਟੋ ਇਨ ਕੁਈ ਦੋਬੀਆਮੋ ਰੈਸਟਾਰਚੀ ਅਦ ਉਨ ਇਨਕਰੋਚੋ ਸੇ ਨੋਨ ਹੈ ਰੈਗੂਲਾਟੋ ਕਹਿੰਦੇ ਇੰਡੀਕੇਟ ਕਰਦਾ ਇੱਕ ਪੁਆਇੰਟ ਨੂੰ ਜਿੱਥੇ ਕਿ ਆਪਾਂ ਨੂੰ ਰੁਕਣਾ ਪਏਗਾ ਚੁਰਾਹੇ ਤੇ ਜੇਕਰ ਉਹ ਰੈਗੂਲੇਟ ਨਹੀਂ ਕੀਤਾ ਹੁਣ ਇਹ ਫਾਲਸੋ ਕਿਉਂ ਆ ਜੀ ਕਿਉਂਕਿ ਜੇਕਰ ਉੱਥੇ ਕੋਈ ਸਾਈਨ ਸੂਈ ਨਹੀਂ ਲੱਗਾ ਜਿਹੜਾ ਆਪਾਂ ਰੋਕਣ ਨੂੰ ਕਵੇ ਮਤਲਬ ਕਿ ਪਿੱਛੇ ਵਾਲਾ ਆਪਾਂ ਕੁਐਸਚਨ ਵੈਰੋ ਕੀਤਾ ਸੀ ਉਹਦੇ ਵਿੱਚ ਦੱਸਿਆ ਗਿਆ ਸੀ
ਉੱਥੇ ਇੱਕ ਸਿਗਨਲ ਸਟੋਪ ਲੱਗਾ ਹੈ ਕਿ ਆਪਾਂ ਰੁੱਕ ਕੇ ਪੈਦਲ ਨਹੀਂ ਬਣੀ ਤੇ ਇੱਥੇ ਕਹਿੰਦਾ ਸਨੋਨਾ ਰੈਗੂਲਾ ਤੋਂ ਮਤਲਬ ਕਿ ਜੀ ਇੱਥੇ ਜੇਕਰ ਕੋਈ ਨਿਸ਼ਾਨ ਨਹੀਂ ਲੱਗਾ ਮਤਲਬ ਕਿ ਕੋਈ ਆਪਾਂ ਰੁਕਣ ਨੂੰ ਨਹੀਂ ਕਹਿੰਦਾ ਕੋਈ ਕੁਝ ਕਰਨ ਨੂੰ ਕਹਿੰਦਾ ਤੇ ਆਪਾਂ ਉੱਥੇ ਰੁਕਣ ਦੀ ਲੋੜ ਨਹੀਂ ਹੈਗੀ ਸੋ ਇਹ ਫਾਲਸੋ ਹੈ ਹੁਣ ਵੱਧਦੇ ਹਾਂ ਅੱਗੇ ਇੰਡੀਕਾ ਇਲ ਪੁੰਤੋ ਇਨ ਕੁਈ ਬਿਜ਼ੋਨੇ ਅਰ ਸੈਂਪਰੇ ਅਰ ਸਟਾਰਸੀ ਦੀ ਵਿਚਿਨਾਂਸ ਦੇ ਉਹਨਾਂ ਇਨਕਰੋਚ ਅਸਪਤਾਲ ਹੈ ਕਹਿੰਦਾ ਜੀ ਇੱਕ ਜਗ੍ਹਾ ਹੈ ਜਿੱਥੇ ਕਿ ਆਪਾਂ ਨੂੰ ਰੁਕਣਾ ਪੈਣਾ ਹੈ ਹਮੇਸ਼ਾ ਹਮੇਸ਼ਾ ਰੁਕਣਾ ਪੈਣਾ ਨੇੜੇ ਇੱਕ ਇਨਕਰੋਚ ਅਸਪਤਾਲ ਦੇ ਹੁਣ ਇੱਥੇ ਨੇ ਜੀ ਪਾਪਸ ਸੈਂਪਰੇ ਕਹਿੰਦਾ ਹਮੇਸ਼ਾ ਰੁਕਣਾ ਨਹੀਂ ਕਹਿ ਸਕਦੇ ਕਿਉਂਕਿ ਜੇ ਕੋਈ ਤੈਨਾਂ ਨੂੰ ਲੱਗੀ ਹੋਈ ਕਿਸੇ ਦਾ ਕੁਛ ਪੰਕੇਗਾ ਤਾਂ ਹੀ ਰੁਕਣਾ ਹੈ ਨਹੀਂ ਤੇ ਨਹੀਂ ਰੁਕਣਾ ਸੋ ਇਸ ਕਰਕੇ ਇਹ ਜੀ ਫਾਲਸੋ ਹੋ ਗਿਆ ਵੱਧਦੇ ਹਾਂ ਅੱਗੇ indica che è obbligatorio dare precedenza ai veicoli provenienti sia da destra sia di sinistra. Kehnda zaruri hai pehal dena gaddiyan nu jehde ke aandiyan ne sajje ton te khabbe ton. Hun itthe kehnda vi zaruri hai pehal deni gaddiyan nu jehde ke aandiyan tade tode sajje passeyon te tode khabbe passeyon. Hun eh jehdi nishan hai na jehdi eh aa eh apan nu sirf rukan nu kehndi hai na ki eh kehndi hai ki tusi pehal deni ya hak dena kise nu. Theek hai ji oh utthe panel lagi hoyegi oh kehegi tanu ਐਨੀ ਸੋ ਇਹ ਫਾਲਸੋ ਤਾਂ ਹੋਇਆ ਸੋ ਵਧੇ ਜੀ ਹੁਣ ਅੱਗੇ ਸਿਤਰੋਵਾ ਅਲਾਉਸ਼ੀਤਾ ਜੁਨਾ ਪ੍ਰੋਪਰਤਾ ਪ੍ਰਿਵਾਤਾ ਕਹਿੰਦਾ ਜੀ ਪ੍ਰਾਈਵੇਟ ਪ੍ਰੋਪਰਟੀ ਚੋਂ ਇੱਕ ਐਗਜ਼ਿਟ ਹੈ ਉੱਥੇ ਆਪਾਂ ਨੂੰ ਮਿਲੇਗਾ ਫਾਲਸੋ ਉੱਥੇ ਅਸਾਂ ਕੁਛ ਨਹੀਂ ਮਿਲਦਾ ਵਧੇ ਅੱਗੇ 271 ਨੰਬਰ ਕੰਪਲੀਟ ਹੋ ਚੁੱਕਾ ਹੈ 272 ਨੰਬਰ ਤੇ ਸਤਰੀ ਛਤਰਾ ਸੁਰਸਾਨੇ ਕੰਟੀਨਿਊਆ ਭਾਗ ਤੀਜਾ ਸੇਮ ਹੋਈ ਹੈ ਬਸ ਭਾਗ ਤੀਜਾ ਤੇ ਫੋਟੋ ਵੀ ਬਦਲ ਗਈ ਇਸ ਵਾਰ ਅਸਾਂ ਗੱਡੀ ਦਿਖਾ ਦਿੱਤੀ ਤੇ ਦੋ ਕੁਰਸੀ ਬਣਾ ਦਿੱਤੇ ਨੇ ਸੋ ਹੁਣ ਵੱਧਦੇ ਹਾਂ ਪਹਿਲੇ ਸਵਾਲਾਂ ਤੇ ਪਹਿਲੇ ਤੇ ਆਖਰੀ ਲਾ ਸਤਰੀ ਛਤਰਾ ਸਵਿਰਸਾਲੇ ਕੰਟੀਨਿਊਆ ਇਨ ਫਿਗੂਰਾ ਇੰਡਿਕਾ ਇਲ ਪੁੰਟੋ ਇਨ ਕੁਈ ਦੋਬੀਆਮੋ ਸੈਂਪਰੇ ਅਰੇਸਟਾਰਚੀ ਅਦ ਉਨ ਇੰਕਰੋਚੋ ਸੇ ਤੇ ਵਿਜੀਲੇ ਲੋ ਇੰਪੋਨੇ ਕਹਿੰਦਾ ਜੀ ਇੰਡੀਕੇਟ ਕਰਦਾ ਹੈ ਇੱਕ ਜਗ੍ਹਾ ਨੂੰ ਜਿੱਥੇ ਕਿ ਦੋਬੀਆਮੋ ਸੈਂਪਰੇ ਅਰੇਸਟਾਰਚੀ ਵੀ ਆਪਾਂ ਨੂੰ ਹਮੇਸ਼ਾ ਰੁਕਣਾ ਪੈਣਾ ਚੁਰਾਹੇ ਤੇ ਜੇਕਰ ਕਹਿੰਦਾ ਪੁਲਿਸ ਵਾਲਾ ਜਿਹੜਾ ਉਹ ਆਪਾਂ ਨੂੰ ਹੁਕਮ ਦੇਵੇ ਤਾਂ ਜਿਹੜਾ ਪੁਲਿਸ ਨੂੰ ਹੁਕਮ ਦਿੱਤਾ ਉਹ ਤੇ ਆਪਾਂ ਮੰਨਣਾ ਪੈਣਾ ਹੀ ਉਹਨੂੰ ਆਪਾਂ ਕਦੀ ਨਾ ਕਰ ਨਹੀਂ ਸਕਦੇ ਸਵੈ ਵੇਰ ਹੋ ਗਿਆ ਵੱਧਦੇ ਹਾਂ ਗਈ 273 ਨੰਬਰ ਤੇ ਸਤਰੀ ਛਤਰਾ ਸੁਰਸਾਲੇ ਕੰਟੀਨਿਊਆ ਭਾਗ ਚੌਥਾ ਇੱਥੇ ਵੀ ਇਹਨਾਂ ਨੇ ਫੋਟੋ ਬਦਲ ਦਿੱਤੀ ਆ ਠੀਕ ਹੈ ਜੀ ਵੱਧਦੇ ਹਾਂ ਸਵਾਲ ਵੱਲ ਸਤਰੀ ਛਤਰਾ ਸੁਰਸਾਲੇ ਕੰਟੀਨਿਊਆ ਫਿਗੂਰਾ ਇੰਡਿਕਾ ਪੁੰਟੋ ਦੋਵੇ ਕੋਰੇ ਅਰੇਸਟਾਰਸੀ ਕਹਿੰਦਾ ਜੀ ਇੰਡੀਕੇਟ ਕਰਦਾ ਪੁਆਇੰਟ ਨੂੰ ਇੱਥੇ ਕਿ ਕੋਰੇ ਮਤਲਬ ਚਾਹੀਦਾ ਹੈ ਅਰੇਸਟਾਰਸੀ ਵੀ ਆਪਾਂ ਇੱਥੇ ਰੁਕਣਾ ਚਾਹੀਦਾ ਹੈ ਕਿਉਂ ਰੁਕਣਾ ਚਾਹੀਦਾ ਕਿਉਂਕਿ ਇੱਥੇ ਕੀਤਾ ਇਹਨਾਂ ਨੇ ਸਟੋਪ ਸਟੋਪ ਲਿਖਤਾ ਮਤਲਬ ਕਿ ਆਪਾਂ ਇੱਥੇ ਰੁਕਣਾ ਹੀ ਪਏਗਾ ਸਟੋਪ ਦਾ ਇੰਗਲਿਸ਼ ਮਤਲਬ ਰੁਕਣਾ ਹੀ ਹੁੰਦਾ ਸੋ ਤੁਹਾਨੂੰ ਰੁੱਕ ਕੇ ਇਹਨਾਂ ਨੂੰ ਪਹਿਲ ਦੇਣੀ ਪੈਣੀ ਸੋ ਇੱਥੇ ਇਹ ਬਿਰਵਾ ਓਕੇ ਜੀ ਇਹ ਆਪਣੀ ਵੀਡੀਓ ਦਾ ਅੱਜ ਦੀ ਵੀਡੀਓ ਦਾ ਜਿਹੜਾ ਇਹ ਅੰਤ ਹੋ ਚੁੱਕਾ ਹੈ ਹੁਣ ਗੱਲ ਕਰਦੇ ਹਾਂ ਸਵਾਲਾਂ ਦੀ ਜਿਹੜਾ ਕਿ ਪਿਛਲੀ ਵੀਡੀਓ 'ਚ ਪੁੱਛਿਆ ਸੀ ਤੇ ਨਵਾਂ ਸਵਾਲ ਓਕੇ ਜੀ ਐਸੇ ਉਹਨਾਂ ਪਿਛਲੀ ਵੀਡੀਓ 'ਚ ਪੁੱਛਿਆ ਗਿਆ ਸਵਾਲ ਜਿਹਦੇ 'ਚ ਮੈਂ ਕਿਹਾ ਸੀ ਇਨ ਪ੍ਰੈਜ਼ੈਂਸ ਆਫ ਸਿਗਨਲ ਦਾ ਫਿਗੂਰਾ ਤੋਂ ਨੋਨ ਓਕੋਰ ਪਰਮਾਸੀ ਅਲ ਇੰਕਰੋਚੋ ਸੇ ਰਲੈਂਟਾਂਡੋ ਸੀ ਆ ਮੋਡੋ ਦੀ ਵਿਦੇਰੇ ਕਿ ਨੋਨ ਵੀ ਸੋਨੋ ਵੀ ਕੋਲੀ ਨਾਰੀਵੋ ਸੀ ਆ ਦਾ ਦੈਸਤਰਾ ਕੇ ਦਾ ਸਿਨਿਸਤਰਾ ਇੱਥੇ ਕਹਿੰਦਾ ਜੀ ਜਿੱਥੇ ਮੌਜੂਦ ਹੋਏ ਐਸੇ ਨਿਆਲੇ ਜਿਹੜਾ ਕਿ ਦਰਸਾਇਆ ਗਿਆ ਹੈ ਨੋਨ ਓਕੋਰੇ ਫਰਮਾਸੀ ਵੀ ਰੁਕਣ ਦੀ ਲੋੜ ਨਹੀਂ ਹੈਗੀ ਚੁਰਾਹੇ ਤੇ ਸੇਰ ਅਲੈਂਟਾਂਡੋ ਵੀ ਜੇਕਰ ਹੋਲੀ ਹੁੰਦੇ ਹੋਏ ਸੀ ਆ ਮੋਦੋ ਦੀ ਵਿਦੇਰੇ ਤੇ ਤੁਹਾਨੂੰ ਦਿਖਦਾ ਪਿਆ ਕਿ ਨੋਨ ਵੀ ਸੋਨੋ ਵੀ ਕੋਲੀ ਵੀ ਉੱਥੇ ਗੱਡੀਆਂ ਨਹੀਂ ਹੈਗੀਆਂ ਇਨਾਰੀ ਵੋ ਵੀ ਜਿਹੜੀ ਆਂਡੀਆਂ ਨੇ ਤੁਹਾਡੇ ਸੱਜੇ ਪਾਸਿਓਂ ਤੇ ਤੁਹਾਡੇ ਖੱਬੇ ਪਾਸਿਓਂ ਇਹਦਾ ਸਹੀ ਆਨਸਰ ਸੀ ਜੀ ਵੇਰੋ ਵੀ ਆਪਾਂ ਨੂੰ ਰੁਕਣ ਦੀ ਲੋੜ ਨਹੀਂ ਹੈਗੀ ਆ ਸਿਰਫ ਦਾਰੇ ਪ੍ਰਚੇ ਦੇ ਸਭ ਨਿਸ਼ਾਨ ਹੈ ਵੀ ਇੱਥੇ ਆਪਾਂ ਨੂੰ ਰੁਕਣ ਦੀ ਲੋੜ ਨਹੀਂ ਹੁੰਦੀ ਤੇ ਸਿਰਫ ਆਪਾਂ ਦੇਖਣ ਦਾ ਹੱਕ ਦੇਣਾ ਹੁੰਦਾ ਸਿਰਫ ਆਪਾਂ ਨੂੰ ਸੋ ਬਹੁਤ ਜ਼ਿਆਦਾ ਜਿਹੜੇ ਜਵਾਬ ਸੀ ਇਸ ਸਵਾਲ ਦੇ ਮੈਨੂੰ ਸਹੀ ਮਿਲੇ ਨੇ ਸੋ ਇਦਾਂ ਹੀ ਜੀ ਆਪਣੇ ਪਤੇ ਦੇ ਐਗਜ਼ਾਮ ਦੀ ਤਿਆਰੀ ਕਰਦੇ ਰਹੋ ਹੁਣ ਗੱਲ ਕਰਦੇ ਹਾਂ ਨਵੇਂ ਸਵਾਲ ਦੀ ਇੱਥੇ 17 ਲਿਖਿਆ ਹੋਇਆ ਸੀ ਜੋ ਕਿ ਗਲਤੀ ਸੀ ਇੱਥੇ 18 ਆਉਣਾ ਚਾਹੀਦਾ ਸੀ ਹੁਣ ਅੱਗੇ ਵੱਧਦੇ ਹਾਂ ਜੀ 19ਵੇਂ ਸਵਾਲ ਤੇ ਜਿਹੜਾ ਆਪਣਾ ਅੱਜ ਦਾ ਹੈ ਇਨਸੇ ਨਾਲ ਦਾ ਫਿਗੂਰਾ ਤੋਂ ਪੋਇਸਰ ਇੰਟੀਗ੍ਰਾ ਤੋਂ ਕੋਣ ਪੰਨੇ ਲੋਕੇ ਇੰਡੀਕਾ ਦਾ ਡਿਸਟੈਂਸ ਦਾ ਪੁੰਤੋ ਇਨ ਕੁਈ ਵੀਜੇ ਲੋਬਲੀਗੋ ਓਕੇ ਜੀ ਇਸ ਸਵਾਲ ਦਾ ਜਵਾਬ ਫਿਰ ਤੋਂ ਮੈਨੂੰ ਕਮੈਂਟਾਂ 'ਚ ਵਿਰਦਾ ਵੀ ਫਸ ਦਾ ਪਤਾ ਨਹੀਂ ਦਾ ਪੀ ਪਾ ਲਓ ਪਤਾ ਨਹੀਂ ਤੇ ਮੈਨੂੰ ਤਾਂ ਕੱਟਣਾ ਹੀ ਪੈਣਾ ਕੋਈ ਦਿਖਦਾ ਹੀ ਹੈਗਾ ਪਤਾ ਨਹੀਂ ਸਾਰਿਆਂ ਨੂੰ ਵੀ ਪਤਾ ਚਲੋ ਜੀ ਐਂਡ ਆਪਣੀ ਵੀਡੀਓ ਦਾ ਮਿਲਾਂਗੇ ਨੈਕਸਟ ਐਪੀਸੋਡ ਵਿੱਚ ਤਦ ਤੱਕ ਲਈ ਰੱਬ ਰਾਖਾ।